9 ਨਵੰਬਰ ਨੂੰ ਕਰਤਾਰਪੁਰ ਲਾਂਘਾ ਖੁੱਲਣ ਜਾ ਰਿਹਾ ਹੈ, ਜਿਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਦੇ ਇਸ ਸਮਾਗਮ 'ਚ ਸ਼ਾਮਲ ਹੋਣ ਲਈ ਗੁਰਦਾਸਪੁਰ ਤੋਂ ਸੰਸਦ ਸੰਨੀ ਦਿਓਲ ਵੀ ਗੁਰਦਾਸਪੁਰ ਪਹੁੰਚ ਚੁੱਕੇ ਨੇ, ਜੋ 9 ਨਵੰਬਰ ਨੂੰ ਪ੍ਰਧਾਨ ਮੰਤਰੀ ਨਾਲ ਡੇਰਾ ਬਾਬਾ ਨਾਨਕ ਪਹੁੰਚ ਕੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨਗੇ। ਹਾਂਜੀ, ਮੈਂ ਨਹੀਂ ਜਾਊਂਗਾ ਤਾਂ ਕੌਣ ਜਾਊਗਾ? ਮੇਰਾ ਇਲਾਕਾ, ਮੇਰਾ ਘਰ ਹੈ, जरूर जाऊंगा। सर स्टेजा दो लग रही है पंजाब सरकार केंद्र दी, तो बताओ की इलेक्शन की कह रहे हो? स्टेजा दो लाई जा रही है पंजाब सरकार केंद्र सरकार, ਵੱਖ-ਵੱਖ ਸਟੇਜਾਂ ਲਾਈ ਜਾ ਰਹੀਆਂ। देखो सारे का मतलब सारे का रूह तो दिल तो यही कह रही है ना कि सारा कुछ अच्छा हो जाए। ਇਹਦੇ ਨਾਲ एक पीस ही होगी दोनों पास, चाहे स्टेज 10 लगन चाहे 2 लगन, ਉਹਦੇ ਨਾਲ कोई फर्क नहीं पड़ता। श्रद्धा सही होनी चाहिए बंदे की। ਤੁਸੀਂ ਪਾਕਿਸਤਾਨ ਯਾਤਰਾ जा रहे हो? हाँ जी, जावांगे, जरूर जावांगे। सीएम साहब कह रहे भी आईएएस ਦਾ ਵੀ ਹੱਥ ਹੋ ਸਕਦਾ ਲਾਂਗੇ ਵਿੱਚ, ਕੀ ਲੱਗਦਾ? देखो मैं ਇਹ ਸਾਰੀਆਂ ਚੀਜ਼ਾਂ ਵਿੱਚ मैं कुछ नहीं कह सकता, इंटेलिजेंस ਨੂੰ ਜ਼ਿਆਦਾ ਪਤਾ ਹੋਊਗਾ ਕੀ ਨਹੀਂ ਹੈ, ਤੇ मैं ਇਹਦੇ ਬਾਰੇ कुछ कमेंट नहीं करना चाहता। ਇਸ ਦੇ ਨਾਲ ਹੀ ਸੰਨੀ ਦਿਓਲ ਨੇ ਕਿਹਾ ਕਿ ਕਰਤਾरपुर ਲਾਂਘਾ ਦੋਵਾਂ ਦੇਸ਼ਾਂ ਲਈ शांति का प्रतीक है ਅਤੇ सियासत का इस उपर कोई असर नहीं ਹੋਵੇਗਾ। गुरदासपुर तो अवतार सिंह की रिपोर्ट, दैनिक सवेरा TV।